ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀ ਵੀ ਅਤੇ ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਜਦੋਂ ਦੇਸ਼ ਦੁਨੀਆ ਦੇ ਵਿੱਚ ਕੋਰੋਨਾ ਦੀ ਮਹਾਂਮਾਰੀ ਇਸ ਵਕਤ ਅੱਗੇ ਵੱਧ ਰਹੀ ਹੈ, ਕਈ ਥਾਵਾਂ ਦੇ ਉੱਤੇ ਘਟੀ ਹੈ, ਕਈ ਥਾਵਾਂ ਦੇ ਉੱਤੇ ਵੱਧ ਰਹੀ ਹੈ, ਕਈ ਥਾਵਾਂ ਦੇ ਉੱਤੇ ਪਹਿਲਾਂ ਵਰਗੀ ਸਥਿਤੀ ਹੈ, ਪਰ ਕਾਰੋਬਾਰ ਕੁੱਲ ਦੁਨੀਆ ਦੇ ਵਿੱਚ ਇਸ ਕੋਰੋਨਾ ਮਹਾਂਮਾਰੀ ਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹ ਹੋਏ ਆ। ਭਾਰਤ ਵਰਗੇ ਦੇਸ਼ ਜਿੱਥੇ ਸਿਰਫ ਅਤੇ ਸਿਰਫ ਹਦਾਇਤਾਂ ਜਾਰੀ ਹੁੰਦੀਆਂ, ਉੱਥੇ ਕਾਰੋਬਾਰ ਵੀ ਤਬਾਹ ਹੁੰਦੇ ਆ, ਲੋਕ ਖੁਦਕੁਸ਼ੀਆਂ ਵੀ ਕਰਦੇ ਆ। ਭਾਵੇਂ ਨਿੱਕਾ ਕਾਰੋਬਾਰ ਹੈ ਅਤੇ ਭਾਵੇਂ ਵੱਡਾ ਕਾਰੋਬਾਰ ਹੈ, ਉਹ ਰੁਕ ਜਾਂਦਾ, ਉਹਨੂੰ ਧੱਕਾ ਲਾਉਣ ਵਾਲੀ ਕੋਈ ਵੀ ਸਰਕਾਰ ਨਹੀਂ, ਗੱਲਾਂ ਬਾਤਾਂ ਦੇ ਨਾਲ ਸਾਰਾ ਕੁਝ ਹੁੰਦਾ। ਪਰ ਜਿਵੇਂ ਬਾਕੀ ਕਾਰੋਬਾਰ ਪ੍ਰਭਾਵਿਤ ਹੋਏ, ਉਸੇ ਤਰੀਕੇ ਦੇ ਨਾਲ ਫਿਲਮੀ ਜਗਤ ਵੀ ਬੇਹੱਦ ਪ੍ਰਭਾਵਿਤ ਹੋਇਆ ਇਸ ਕੋਰੋਨਾ ਦੇ ਕਹਿਰ ਦੇ ਵਿੱਚ। ਪਿਛਲੇ 3-4 ਮਹੀਨਿਆਂ ਤੋਂ ਭਾਰਤ ਦੇ ਵਿੱਚ ਕੋਈ ਫਿਲਮ ਨਹੀਂ ਰਿਲੀਜ਼ ਹੋ ਰਹੀ, ਨਾ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਪੰਜਾਬੀ ਸਿਨੇਮਾ ਜਗਤ ਦੇ ਨਾਲ ਜੁੜੇ ਹੋਏ ਲੋਕ, ਜਿਨ੍ਹਾਂ ਨੂੰ ਅਸੀਂ ਨਿਰਮਾਤਾ ਕਹਿੰਦੇ, ਜਿਹੜੇ ਕਿ ਪੂੰਜੀ ਨਿਵੇਸ਼ ਕਰਦੇ ਆ, ਉਹਨਾਂ ਦਾ 350 ਕਰੋੜ ਰੁਪਈਏ ਦੇ ਕਰੀਬ ਆ ਜਿਹੜਾ ਉਹ ਫਸਿਆ ਹੋਇਆ ਇਸ ਲੋਕਡਾਊਨ ਦੇ ਕਰਕੇ, ਕਿਉਂਕਿ ਇਹਨਾਂ 4 ਮਹੀਨਿਆਂ ਦੇ ਵਿੱਚ 15 ਤੋਂ ਵੱਧ ਪੰਜਾਬੀ ਫਿਲਮਾਂ ਨੇ ਰਿਲੀਜ਼ ਹੋਣਾ ਸੀ, ਜਿਹੜੀਆਂ ਕਿ ਸਿਨੇਮੇ ਬੰਦ ਹੋਣ ਕਰਕੇ ਰਿਲੀਜ਼ ਨਹੀਂ ਹੋਈਆਂ। ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਪਰਛਾਵਾਂ ਇਹੋ ਜਿਹਾ ਕਿ ਉਹ ਘਰੋਂ ਬਾਹਰ ਨਿਕਲ ਕੇ ਜਦੋਂ ਰਾਜ਼ੀ ਹੀ ਨਹੀਂ ਤਾਂ ਫਿਰ ਕਿਸੇ ਨੇ ਸਿਨੇਮੇ ਦੇ ਵਿੱਚ ਵੜਨਾ ਵੀ ਕਿਉਂ ਆ। ਪਰ ਹੁਣ ਜਾਣਕਾਰੀ ਇਹ ਮਿਲੀ ਆ ਕਿ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਗ੍ਰਹਿ ਵਿਭਾਗ ਨੂੰ ਕਿ ਸਿਨੇਮੇ ਖੋਲ੍ਹਣ ਦੀ ਆਉਂਦੇ ਸਮੇਂ ਦੇ ਵਿੱਚ ਆਗਿਆ ਦਿੱਤੀ ਜਾਵੇ। ਮੰਨਿਆ ਇਹ ਜਾ ਰਿਹਾ ਕਿ ਅਗਸਤ ਦੇ ਅਖੀਰ ਤੱਕ ਸਿਨੇਮੇ ਖੋਲ੍ਹਣ ਦੀ ਆਗਿਆ ਭਾਰਤ ਦੇ ਵਿੱਚ ਮਿਲ ਵੀ ਸਕਦੀ ਹੈ। ਪਰ ਇਸੇ ਦੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ 15 ਤੋਂ 20 ਫਿਲਮਾਂ ਰਿਲੀਜ਼ ਹੋਣੀਆਂ ਸੀ ਇਹਨਾਂ ਚਾਲੂ ਮਹੀਨਿਆਂ ਦੇ ਵਿੱਚ, ਜਿਹੜੇ ਬੀਤ ਵੀ ਗਏ ਆ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ, ਇਹਨਾਂ ਮਹੀਨਿਆਂ ਦੇ ਵਿੱਚ ਜੋ ਫਿਲਮਾਂ ਰਿਲੀਜ਼ ਹੋਣੀਆਂ ਸੀ ਇਹ ਹੁਣ ਅੱਗੇ ਪਾਉਣੀਆਂ ਪੈਣੀਆਂ, ਯਾਨੀ ਕਿ ਅਗਲੇ ਮਹੀਨੇ ਦੇ ਵਿੱਚ ਰਿਲੀਜ਼ ਹੋਣਗੀਆਂ। ਇਹਨਾਂ ਦੇ ਉੱਤੇ ਜੋ ਜੋ ਕੁਝ ਵਿਚਾਰ ਵਟਾਂਦਰਾ ਕੀਤਾ ਸੀ, ਜਿਵੇਂ ਜਿਵੇਂ ਪੂੰਜੀ ਨਿਵੇਸ਼ ਕੀਤਾ ਗਿਆ ਸੀ, ਉਹ ਸਾਰੇ ਦਾ ਸਾਰਾ ਹਾਲੇ ਤੱਕ ਬਲੌਕ ਹੋਇਆ ਪਿਆ। ਇਸ ਤੋਂ ਅਗਲੀ ਗੱਲ ਇਹ ਹੈ ਕਿ ਅਗਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਪਹਿਲਾਂ ਹੀ ਤਿਆਰੀ ਅਧੀਨ ਫਿਲਮਾਂ ਸੀ, ਮੰਨ ਲਓ ਕਿਸੇ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਫਰਵਰੀ ਦੇ ਵਿੱਚ, ਉਹਨੇ ਇਹ ਯੋਜਨਾ ਬਣਾਈ ਸੀ ਜੀ ਕਿ ਮੈਂ ਮਈ ਜਾਂ ਜੂਨ ਦੇ ਵਿੱਚ ਫਿਲਮ ਰਿਲੀਜ਼ ਕਰਨੀ ਹੈ, ਕਿਸੇ ਨੇ ਕਿਹਾ ਜੀ ਕਿ ਮੈਂ ਅਗਸਤ ਦੇ ਵਿੱਚ ਕਰਨੀ ਹੈ। ਉਹ ਜਿਹੜੇ ਤਿਆਰੀ ਕਰੀ ਬੈਠੇ ਆ ਅਤੇ ਜਿਹੜੀਆਂ ਰੁਕ ਗਈਆਂ, ਉਹਨਾਂ ਦੇ ਨਾਲ ਉਹਨਾਂ ਫਿਲਮਾਂ ਦਾ ਮੁਕਾਬਲਾ ਹੋਊਗਾ, ਯਾਨੀ ਕਿ ਪੰਜਾਬੀ ਫਿਲਮਾਂ ਇੱਕ ਦੂਜੀ ਨਾਲ ਭਿੜਨਗੀਆਂ ਆਉਂਦੇ ਸਮੇਂ ਦੇ ਵਿੱਚ। ਅਤੇ ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ਰਤਾਂ ਦੇ ਤਹਿਤ ਆਗਿਆ ਦੇ ਦਿੱਤੀ ਗਈ ਹੈ ਕਿ ਤੁਸੀਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵੀ ਕਰ ਸਕਦੇ ਹੋ, ਸੀਰੀਅਲ ਵੀ ਸ਼ੂਟ ਕੀਤੇ ਜਾ ਸਕਦੇ ਆ, ਅਤੇ ਪੰਜਾਬੀ ਗਾਣਿਆਂ ਦਾ ਫਿਲਮਾਂਕਣ ਵੀ ਕੀਤਾ ਜਾ ਸਕਦਾ ਹੈ। ਪਰ ਸ਼ਰਤਾਂ ਇਹਦੇ ਵਿੱਚ ਕਈ ਲਾਗੂ ਕੀਤੀਆਂ। ਇੱਕ ਤਾਂ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਸ਼ੂਟਿੰਗ ਦੇ ਲਈ ਇਹ ਜ਼ਰੂਰੀ ਹੈ ਕਿ ਸੰਬੰਧਿਤ ਜ਼ਿਲ੍ਹੇ ਦੇ ਡੀ ਸੀ ਦੀ ਆਗਿਆ ਲਈ ਜਾਵੇ। ਡੀ ਸੀ ਦੇ ਵੱਲੋਂ ਚਿੱਠੀ ਭੇਜੀ ਜਾਊਗੀ ਪੁਲਿਸ ਅਧਿਕਾਰੀਆਂ ਨੂੰ, ਉੱਧਰੋਂ ਮਨਜ਼ੂਰੀ ਮਿਲਣ ਤੋਂ ਬਾਅਦ ਤੁਸੀਂ ਸ਼ੂਟਿੰਗ ਸ਼ੁਰੂ ਕਰ ਸਕਦੇ ਆ। ਜਿਹੜੀ ਵੀ ਥਾਂ ਦੇ ਉੱਤੇ ਤੁਸੀਂ ਸ਼ੂਟਿੰਗ ਸ਼ੁਰੂ ਕਰਨੀ ਆ, ਉਹਦੀ ਲੋਕੇਸ਼ਨ, ਉਹਦੀ ਤਰੀਕ ਸ਼ੂਟਿੰਗ ਵਾਲੀ, ਉਹਦਾ ਸਮਾਂ ਜਿਹੜਾ ਉਹ ਤੁਹਾਨੂੰ ਬਿਆਨ ਕਰਨਾ ਪਊਗਾ, ਡੀ ਸੀ ਨੂੰ ਦੱਸਣਾ ਪਊਗਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਥਾਂ 'ਤੇ ਸ਼ੂਟਿੰਗ ਕਰਨੀ ਆ ਉਹਨੂੰ ਸੈਨੇਟਾਈਜ਼ ਕੀਤਾ ਹੋਵੇ, ਉੱਥੇ ਸੈਨੇਟਾਈਜ਼ਰ ਹੋਵੇ, ਉੱਥੇ ਸਾਬਣ ਅਤੇ ਉੱਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਕਹੀ ਗਈ ਹੈ ਜੀ ਕਿ ਸ਼ੂਟਿੰਗ ਵਾਲੀ ਥਾਂ ਦੇ ਉੱਤੇ 50 ਤੋਂ ਵੱਧ ਲੋਕ ਬਿਲਕੁਲ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇਕਰ 50 ਤੋਂ ਵੱਧ ਹੋਣਗੇ ਤਾਂ ਤੁਹਾਡੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਈ ਥਾਵਾਂ ਦੇ ਉੱਤੇ ਲੋਕ ਆ ਜਾਂਦੇ ਆ ਸ਼ੂਟਿੰਗ ਦੇਖਣ ਦੇ ਲਈ, ਇਹਨਾਂ ਨੂੰ ਉੱਥੇ ਪਹੁੰਚਣ ਦੀ ਆਗਿਆ ਨਹੀਂ ਹੋਊਗੀ। ਜਿਹੜੇ ਲੋਕਾਂ ਨੇ ਕੈਮਰੇ ਦੇ ਮੂਹਰੇ ਆ ਕੇ ਸ਼ੂਟਿੰਗ ਕਰਨੀ ਆ, ਜਿਨ੍ਹਾਂ ਨੇ ਆਪਣਾ ਦ੍ਰਿਸ਼ ਫਿਲਮਾਉਣਾ, ਸਿਰਫ ਉਹਨਾਂ ਨੂੰ ਮਾਸਕ ਲਾਉਣ ਦੀ ਆਗਿਆ ਮਿਲੂਗੀ, ਬਾਕੀ ਕਿਸੇ ਨੂੰ ਮਾਸਕ ਲਾਉਣ ਦੀ ਆਗਿਆ ਨਹੀਂ। ਸਾਰੇ ਦੇ ਸਾਰੇ ਲੋਕਾਂ ਨੂੰ ਮਾਸਕ ਪਹਿਨਣੇ ਪੈਣਗੇ, ਯਾਨੀ ਕਿ ਸ਼ਰਤਾਂ ਦੇ ਤਹਿਤ ਇਹ ਆਗਿਆ ਦਿੱਤੀ ਗਈ ਹੈ। ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਆ, ਕੋਈ ਕੋਰੀਓਗ੍ਰਾਫਰ ਦਾ ਕੰਮ ਕਰਦਾ, ਕੋਈ ਸਾਜੀ ਦਾ ਕੰਮ ਕਰਦਾ, ਕੋਈ ਡਾਂਸਿੰਗ ਦਾ ਕੰਮ ਕਰਦਾ, ਕੋਈ ਗਿੱਧੇ ਭੰਗੜੇ ਵਾਲੇ ਨੇ, ਕੋਈ ਨਿਰਦੇਸ਼ਕ ਆ, ਕੋਈ ਨਿਰਮਾਤਾ, ਕੋਈ ਕਿਵੇਂ। ਇਹਨਾਂ ਸਾਰੇ ਲੋਕਾਂ ਦਾ ਰੁਜ਼ਗਾਰ ਬਹੁਤ ਪ੍ਰਭਾਵਿਤ ਹੋਇਆ ਸੀ, ਇਸ ਕਰਕੇ ਸ਼ਰਤਾਂ ਦੇ ਤਹਿਤ ਫਿਲਮਾਂ ਦੀ ਸ਼ੂਟਿੰਗ ਨੂੰ ਆਗਿਆ ਮਿਲ ਚੁੱਕੀ ਹੈ। ਅਤੇ ਇਸ ਗੱਲ ਦੇ ਉੱਤੇ ਕਲਾਕਾਰ ਭਾਈਚਾਰੇ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਸਿਫਤ ਕੀਤੀ ਗਈ ਹੈ। ਇਨਸਾਨ ਮਿਹਨਤੀ ਹੋਵੇ ਤਾਂ ਉਹਦੇ ਪੈਰ ਲੱਗਣੇ ਕੁਦਰਤੀ ਆ, ਪਰ ਜੇਕਰ ਅਸੀਂ ਹਿੰਮਤ ਹਾਰ ਗਏ ਤਾਂ ਫਿਰ ਕੁਝ ਨਹੀਂ ਹੋ ਸਕਦਾ। ਬੇਹਿੰਮਤੇ ਹੀ ਸ਼ਿਕਵਾ ਕਰਨ ਮੁਕੱਦਰਾਂ 'ਤੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਇਹ ਗੱਲ ਸਿਆਣੇ ਐਵੇਂ ਨਹੀਂ ਕਹਿੰਦੇ। ਜੇਕਰ ਅਸੀਂ ਸੁਦੇਸ਼ ਲਹਿਰੀ ਦੇ ਸੰਘਰਸ਼ ਨੂੰ ਵੇਖੀਏ, ਜਿਸ ਤਰੀਕੇ ਨਾਲ ਉਹਨੇ ਹਾਲਾਤ ਦੇ ਨਾਲ ਮੱਥਾ ਲਾਇਆ ਅਤੇ ਜਿਸ ਤਰੀਕੇ ਦੇ ਨਾਲ ਉਹਨੇ ਆਪਣਾ ਨਾਂ ਚਮਕਾਇਆ ਅਤੇ ਅੱਜ ਉਹ ਇੱਕ ਸਥਾਪਿਤ ਨਾਂ, ਉਸ ਸਾਰੇ ਅਤੀਤ ਨੂੰ ਦੇਖ ਕੇ, ਉਹ ਸਾਰੇ ਬਿਰਤਾਂਤ ਨੂੰ ਵੇਖ ਕੇ ਬੰਦੇ ਦਾ ਗੱਚ ਵੀ ਭਾਰ ਹੁੰਦਾ। ਇੱਕ ਵੇਲਾ ਸੀ ਜਦੋਂ ਸੁਦੇਸ਼ ਲਹਿਰੀ ਹੋ ਰਹੀ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਚਾਹ ਵੇਚਣ ਦਾ ਕੰਮ ਕਰਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਈ ਆਪਣੇ ਕਿੱਤੇ ਬਦਲੇ। ਮਜਬੂਰੀ ਦੇ ਵਿੱਚ ਬੰਦੇ ਨੂੰ ਢਿੱਡ ਦੀ ਅੱਗ ਬੁਝਾਉਣ ਦੇ ਲਈ ਬਹੁਤ ਕੁਝ ਕਰਨਾ ਪੈਂਦਾ। ਟੱਬਰ ਦੇ ਵਿੱਚ ਬੇਹੱਦ ਗਰੀਬੀ ਸੀ, ਇਸ ਗਰੀਬੀ ਦੇ ਕਰਕੇ ਹੀ ਸੁਦੇਸ਼ ਲਹਿਰੀ ਇੱਕ ਕਲਾਸ ਵੀ ਨਹੀਂ ਪੜ੍ਹ ਸਕੇ, ਇੱਕ ਵਾਰ ਸਕੂਲ ਦੇ ਵਿੱਚ ਵੀ ਨਹੀਂ ਜਾ ਸਕੇ, ਬਾਪੇ ਉਹਨਾਂ ਨੂੰ ਪੜ੍ਹਾ ਨਹੀਂ ਸਕੇ। ਪਰ ਸੁਦੇਸ਼ ਲਹਿਰੀ ਨੇ ਆਪਣੀ ਗਾਇਕੀ ਦੇ ਨਾਲ ਅਤੇ ਆਪਣੀ ਕੌਮੇਡੀ ਦੇ ਨਾਲ, ਯਾਨੀ ਕਿ ਹਾਸ
ਸੀਰੀਅਲਾਂ ਨਿੱਕੇ ਨਿੱਕੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਨੈਸ਼ਨਲ ਪੱਧਰ ਦੇ ਉੱਤੇ ਜੋ ਰਿਐਲਿਟੀ ਸ਼ੋਅ ਹੁੰਦੇ ਆ ਕਮੇਡੀ ਦੇ ਉਹਦੇ ਵਿੱਚ ਸੁਦੇਸ਼ ਲਹਿਰੀ ਨੇ ਆਉਣਾ ਸ਼ੁਰੂ ਕੀਤਾ ਅਤੇ ਆਪਾਂ ਜਾਣਦੇ ਹਾਂ ਕਿ ਕ੍ਰਿਸ਼ਨਾ ਦੇ ਨਾਲ ਉਹਨਾਂ ਦੀ ਜੋੜੀ ਕਿਹੋ ਜਿਹੀ ਬਣੀ। ਹਾਲਾਂਕਿ ਹੁਣ ਸੁਦੇਸ਼ ਲਹਿਰੀ ਅੱਡ ਹੋ ਕੇ ਕੰਮ ਕਰ ਰਹੇ ਆ, ਹੁਣ ਤਾਂ ਕੰਮ ਵੀ ਵੈਸੇ ਸਭ ਦੇ ਰੁਕੇ ਪਏ ਆ, ਪਰ ਸੁਦੇਸ਼ ਲਹਿਰੀ ਦੀਆਂ ਪ੍ਰਾਪਤੀਆਂ ਅਤੇ ਸੁਦੇਸ਼ ਲਹਿਰੀ ਦਾ ਸੰਘਰਸ਼ ਆ ਜਿਹੜਾ ਉਹ ਇਹ ਦੱਸਣ ਦੇ ਲਈ ਕਾਫੀ ਹੈ ਕਿ ਮਿਹਨਤ ਕੀਤੀ ਹੋਵੇ ਤਾਂ ਬੰਦੇ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਕਈ ਵਾਰ ਅਸੀਂ ਸਾਲ ਖੰਡ ਮਿਹਨਤ ਕਰਕੇ ਕਹਿ ਦਿੰਦੇ ਹਾਂ ਵੀ ਨਹੀਂ, ਅਸੀਂ ਤਾਂ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ, ਬਸ ਕੁਦਰਤ ਨੂੰ ਮਨਜ਼ੂਰ ਹੀ ਨਹੀਂ। ਪਰ ਜੇਕਰ ਬੰਦਾ ਨਿੱਠ ਕੇ ਲਗਾਤਾਰ ਲੱਗਾ ਰਹੇ, ਹੋ ਸਕਦਾ ਇੱਕ ਦਹਾਕੇ ਬਾਅਦ ਸਫਲਤਾ ਮਿਲੇ, ਹੋ ਸਕਦਾ 5 ਵਰ੍ਹਿਆਂ ਬਾਅਦ ਮਿਲ ਜਾਵੇ, ਹੋ ਸਕਦਾ 2 ਦਹਾਕਿਆਂ ਬਾਅਦ ਸਫਲਤਾ ਮਿਲੇ, ਪਰ ਮਿਲਦੀ ਜ਼ਰੂਰ ਹੈ। ਚੰਗੇ ਗਾਣੇ ਆਉਣੇ ਚਾਹੀਦੇ ਹੈ ਅਤੇ ਚੰਗੇ ਗਾਣਿਆਂ ਨੂੰ ਨਿੱਠ ਕੇ ਸੁਣਨਾ ਵੀ ਚਾਹੀਦਾ ਅਤੇ ਸੁਣਾਉਣਾ ਵੀ ਚਾਹੀਦਾ। ਉਹਨਾਂ ਗਾਣਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰਮੋਟ ਵੀ ਕਰਨਾ ਚਾਹੀਦਾ, ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਚੰਗੇ ਗਾਣਿਆਂ ਦੇ ਕਦਰਦਾਨ ਘੱਟ ਆ। ਪਰ ਫਿਰ ਵੀ ਜਿਹੜੇ ਲੋਕ ਚੰਗਾ ਗਾਉਂਦੇ ਆ ਉਹਨਾਂ ਨੂੰ ਚੰਗੇ ਲੋਕ ਹੀ ਸੁਣਦੇ ਆ। ਆਪਾਂ ਇਹ ਗੱਲ ਕਹਿ ਸਕਦੇ ਹਾਂ ਸ਼ੁੱਧ ਸ਼ਬਦਾਂ ਦੇ ਵਿੱਚ ਕਿ ਜਿਹੋ ਜਿਹਾ ਗਾਉਣ ਵਾਲਾ ਉਹਦੇ ਸੁਣਨ ਵਾਲੇ ਵੀ ਉਹੋ ਜਿਹੇ ਹੁੰਦੇ ਆ। ਜੇ ਕੋਈ ਮਾਰ ਧਾੜ ਵਾਲੇ ਗੀਤਾਂ ਨੂੰ ਗਾਊਗਾ ਉਹਨੂੰ ਸੁਣਨ ਵਾਲੇ ਵੀ ਉਹੋ ਜਿਹੇ ਹੋਣਗੇ, ਅਤੇ ਜੇਕਰ ਕੋਈ ਸੰਜੀਦਾ ਕਿਸਮ ਦੀ ਗੀਤਕਾਰੀ ਗਾਇਕੀ ਪੇਸ਼ ਕਰੂਗਾ ਉਹਨੂੰ ਸੁਣਨ ਵਾਲੇ ਵੀ ਸੂਝਵਾਨ ਲੋਕ ਹੋਣਗੇ ਜਿਨ੍ਹਾਂ ਦਾ ਸਿਰ ਦੇ ਨਾਲ ਕੋਈ ਸੰਬੰਧ ਹੈ, ਜਿਹੜੇ ਸਮਝਦੇ ਆ ਕਿ ਸਰੋਕਾਰ ਕੀ ਹੁੰਦੇ ਆ, ਜਿਹੜੇ ਸਮਝਦੇ ਆ ਕਿ ਸਮਾਜ ਦੇ ਵਿੱਚ ਕੀ ਕੁਝ ਲੋੜੀਂਦਾ ਹੈਗਾ, ਜਿਹੜੇ ਸਮਝਦੇ ਆ ਕਿ ਅਸੀਂ ਮਨੁੱਖ ਹੋਣ ਦੇ ਨਾਤੇ ਆਪਣੇ ਕਿਵੇਂ ਫਰਜ਼ ਪੂਰੇ ਕਰਨੇ ਆ। ਸਤਿੰਦਰ ਸਰਤਾਜ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਹੈ, ਉਹਦਾ ਨਵਾਂ ਗਾਣਾ ਆਇਆ ਹੈਗਾ ਔਜਾਰ। ਇਸ ਵਕਤ ਜਦੋਂ ਹਿੰਸਕ ਗੀਤਾਂ ਦੀ ਭਰਮਾਰ ਹੈ ਉਸ ਵਕਤ ਔਜਾਰ ਗੀਤ ਦੀ ਗੱਲ ਕਰਨਾ, ਔਜਾਰ ਵਰਗੇ ਵਿਸ਼ੇ ਦੇ ਉੱਤੇ ਜਾਂ ਔਜਾਰ ਗੀਤ ਦੀ ਪੇਸ਼ਕਾਰੀ ਕਰਨਾ ਕਿ ਹੱਥਾਂ ਤੋਂ ਵੱਡਾ ਔਜਾਰ ਕੋਈ ਨਹੀਂ ਹੁੰਦਾ, ਇਹ ਸਤਿੰਦਰ ਸਰਤਾਜ ਦੇ ਹਿੱਸੇ ਆਇਆ। ਇਸ ਗੀਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੇਹੱਦ ਪਸੰਦ ਕੀਤਾ ਜਾ ਰਿਹਾ। ਉਸ ਦੌਰ ਦੇ ਵਿੱਚ ਜਦੋਂ ਇਉਂ ਲੱਗਦਾ ਵੀ ਚਾਰੇ ਪਾਸੇ ਕਾਲੀ ਬੋਲੀ ਨੇਰੀ ਆ ਰਹੀ ਆ, ਉਸ ਵਕਤ ਇਹੋ ਜਿਹਾ ਸੁਥਰਾ ਗੀਤ ਗਾਉਣਾ ਅਤੇ ਉਹ ਵੀ ਟ੍ਰੈਂਡਿੰਗ ਦੇ ਵਿੱਚ ਹੋਣਾ ਯੂਟਿਊਬ ਦੇ ਉੱਤੇ ਅਤੇ ਉਹਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਦੇਖਿਆ ਜਾਣਾ, ਇਹ ਦੱਸਣ ਦੇ ਲਈ ਕਾਫੀ ਹੈ ਕਿ ਸਾਰੇ ਗਾਉਣ ਵਾਲੇ ਜੇਕਰ ਇੱਕੋ ਨਹੀਂ ਤਾਂ ਸਾਰੇ ਸੁਣਨ ਵਾਲੇ ਵੀ ਇੱਕੋ ਜਿਹੇ ਨਹੀਂ। ਸਤਿੰਦਰ ਸਰਤਾਜ ਨੇ ਇਸ ਤੋਂ ਪਹਿਲਾਂ ਭਾਵੇਂ ਮੈਂ ਗੁਰਮੁਖੀ ਦਾ ਬੇਟਾ ਦੀ ਗੱਲ ਕਰੀਏ ਜਾਂ ਇਸ ਤੋਂ ਪਹਿਲਾਂ ਜਿੰਨੇ ਵੀ ਗੀਤ ਗਾਏ ਆ ਸਾਈਂ ਤੋਂ ਲੈ ਕੇ ਹੁਣ ਤੱਕ, ਉਹਨਾਂ ਸਾਰੇ ਗੀਤਾਂ ਨੇ ਇੱਕ ਤੋਂ ਵੱਧ ਕੇ ਇੱਕ ਇਹੋ ਜਿਹੀ ਸਫਲਤਾ ਹਾਸਲ ਕੀਤੀ ਹੈ ਜਿਹੜੀ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਔਖੀ ਹੈ। ਪਰ ਪੰਜਾਬ ਦੇ ਵਿੱਚ ਕੁਝ ਇੱਕ ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਗਾਇਕ ਇਹੋ ਜਿਹੇ ਆ ਜਿਹੜੇ ਕਿ ਚੰਗੇ ਤੋਂ ਵੀ ਚੰਗਾ ਗਾਉਂਦੇ ਆ, ਅਤੇ ਉਹਨਾਂ ਦੇ ਵਿੱਚੋਂ ਇੱਕ ਸਤਿੰਦਰ ਸਰਤਾਜ ਹੈ ਜਿਹਦੀ ਹਰ ਰਚਨਾ ਨੂੰ, ਜਿਹਦੇ ਹਰ ਗੀਤ ਨੂੰ ਭਰਵਾਂ ਹੁੰਗਾਰਾ ਮਿਲਦਾ। 18 ਮਾਰਚ ਨੂੰ ਪੰਜਾਬ ਦੇ ਮਸ਼ਹੂਰ ਦੁਗਾਣਾ ਗਾਇਕ ਕਰਤਾਰ ਰਮਲਾ, ਜਿਨ੍ਹਾਂ ਦੇ ਕਈ ਗੀਤਾਂ ਦੇ ਉੱਤੇ ਸਮੇਂ-ਸਮੇਂ 'ਤੇ ਕਿੰਤੂ ਵੀ ਉੱਠਿਆ, ਪਰ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ। ਕਰਤਾਰ ਰਮਲਾ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਦੁਗਾਣੇ ਗਾਏ। ਕਰਤਾਰ ਰਮਲਾ ਨੇ HMV ਕੰਪਨੀ ਦੇ ਵਿੱਚ ਇੰਨਾ ਕੁ ਗਾਇਆ, ਇੰਨੀਆਂ ਵੱਖ-ਵੱਖ ਕੁੜੀਆਂ ਦੇ ਨਾਲ ਗਾਇਆ, ਬਈ ਉਹਦੀ ਗਿਣਤੀ ਕਰਨੀ ਔਖੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਕਰਤਾਰ ਰਮਲੇ ਨੂੰ ਪਸੰਦ ਕਰਦੇ ਆ, ਕੁਝ ਕੁ ਲੋਕ ਆਲੋਚਨਾ ਵੀ ਕਰਦੇ ਆ, ਸਭ ਦੀ ਆਪੋ ਆਪਣੀ ਸੋਚ ਆ ਵੀ ਕਿਹਨੇ ਕਿਹੜੇ ਪ੍ਰਸੰਗ 'ਚ ਕਿਹੜੀ ਗੱਲ ਨੂੰ ਲੈਣਾ। ਪਰ ਕਰਤਾਰ ਰਮਲੇ ਦੀ ਮੌਤ ਤੋਂ ਬਾਅਦ ਇੱਕ ਵਿਵਾਦ ਪੈਦਾ ਹੋਇਆ। ਰਮਲੇ ਦੇ ਪਰਿਵਾਰਕ ਮੈਂਬਰਾਂ, ਖਾਸ ਕਰਕੇ ਉਹਨਾਂ ਦੀ ਧੀ ਮੈਂਡੀ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਹੁਣ ਤੱਕ ਕਿ ਮੇਰੇ ਬਾਪ ਦਾ ਕਤਲ ਕੀਤਾ ਗਿਆ, ਮੇਰੇ ਬਾਪ ਦੀ ਕੁਦਰਤੀ ਮੌਤ ਨਹੀਂ ਹੋਈ। ਕਰਤਾਰ ਰਮਲਾ ਕਿਉਂਕਿ ਆਪਣੀ ਸਹਿ ਗਾਇਕਾ ਦੇ ਨਾਲ ਇਸ ਵਕਤ ਫਰੀਦਕੋਟ ਦੇ ਵਿੱਚ ਰਹਿ ਰਿਹਾ ਸੀ ਨਵਜੋਤ ਰਾਣੀ ਦੇ ਨਾਲ, ਇਸ ਕਰਕੇ ਪਰਿਵਾਰ ਦੇ ਕੁਝ ਕੁ ਜੀਆਂ ਦੇ ਵੱਲੋਂ, ਧੀਆਂ ਦੇ ਵੱਲੋਂ ਦੋਸ਼ ਲਾਏ ਗਏ ਆ ਕਿ ਜੀ ਉਹਨਾਂ ਦੇ ਵੱਲੋਂ ਕਤਲ ਕਰਵਾ ਦਿੱਤਾ ਗਿਆ ਜਾਂ ਇਸ ਤਰੀਕੇ ਦੇ ਕਈ ਹੋਰ ਵੀ ਦੋਸ਼ ਮੜੇ ਗਏ ਆ। ਹੁਣ ਕਰਤਾਰ ਰਮਲੇ ਦੀ ਸਹਿ ਗਾਇਕਾ ਦੇ ਵੱਲੋਂ ਮੀਡੀਆ ਦੇ ਮੂਹਰੇ ਆ ਕੇ ਇਹ ਗੱਲ ਕਹੀ ਗਈ ਹੈ ਕਿ ਮੈਂ ਉਹਨਾਂ ਦੀ ਸੇਵਾ ਕਰਦੀ ਸੀ ਅਤੇ ਮੇਰੇ ਤੋਂ ਉਹ ਖੁਸ਼ ਸੀ ਅਤੇ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਗੁਰੂ ਦੇ ਤੌਰ ਦੇ ਉੱਤੇ ਮੰਨਿਆ ਸੀ ਅਤੇ ਪਰਿਵਾਰ ਦੇ ਵੱਲੋਂ ਜੇਕਰ ਕਰਤਾਰ ਰਮਲੇ ਦਾ ਪਹਿਲਾਂ ਕੋਈ ਖਿਆਲ ਨਹੀਂ ਰੱਖਿਆ ਗਿਆ ਤਾਂ ਹੁਣ ਤੁਰ ਜਾਣ ਤੋਂ ਬਾਅਦ ਇਹੋ ਜਿਹਾ ਵਿਵਾਦ ਪੈਦਾ ਕਰਨਾ ਬੇਲੋੜਾ। ਕਹਿਣ ਦਾ ਭਾਵ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਰਤਾਰ ਰਮਲੇ ਦੇ ਤੁਰ ਜਾਣ ਤੋਂ ਬਾਅਦ ਕਈ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ, ਪਰ ਬੇਨਤੀ ਪਹਿਲੀ ਤਾਂ ਇਹ ਆ ਸਾਰੇ ਦਰਸ਼ਕਾਂ ਨੂੰ ਵੀ, ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਵੀ ਅਤੇ ਸਹਿ ਗਾਇਕਾਂ ਨੂੰ ਵੀ ਕਿ ਤੁਰ ਗਏ ਬੰਦੇ ਦੀ ਮਿੱਟੀ ਨਹੀਂ ਪੱਟਣੀ ਚਾਹੀਦੀ, ਤੁਰ ਗਏ ਬੰਦੇ ਦੇ ਬਾਬਤ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਇਸ ਵਕਤ ਕੀਤੀਆਂ ਜਾ ਰਹੀਆਂ। ਕਰਤਾਰ ਰਮਲੇ ਦੀ ਨਿੱਜੀ ਜ਼ਿੰਦਗੀ ਕਿਵੇਂ ਸੀ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ, ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਬਣਦੀ, ਪਰ ਉਸ ਬੰਦੇ ਨੇ ਨਿੱਠ ਕੇ ਗਾਇਆ, ਉਸ ਬੰਦੇ ਨੇ ਕੁਝ ਕੁ ਚੰਗਾ ਵੀ ਗਾਇਆ, ਕਈ ਤਰ੍ਹਾਂ ਦੇ ਹੋਰ ਵੀ ਗੀਤ ਗਾਏ ਆ, ਪਰ ਉਹਦੇ ਤੁਰ ਜਾਣ ਤੋਂ ਬਾਅਦ ਜਿਸ ਤਰੀਕੇ ਦਾ ਵਿਵਾਦ ਪੈਦਾ ਹੋਇਆ ਉਹਦੇ ਤੋਂ ਬਾਅਦ ਇਹ ਗੱਲ ਕਹਿਣੀ ਕੁਥਾਂ ਨਹੀਂ ਹੋਣੀ ਕਿ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਆ ਜਿਹੜੇ ਕਿ ਜ਼ਿੰਦਗੀ ਭਰ ਬਹੁਤ ਕੁਝ ਕਰਦੇ ਆ, ਬਹੁਤ ਕੁਝ ਕਮਾਉਂਦੇ ਆ, ਪਰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਦੇ ਪੈਸੇ ਦੇ ਕਰਕੇ, ਕਦੇ ਆਪਸੀ ਸੰਬੰਧਾਂ ਦੇ ਕਰਕੇ, ਕਦੇ ਕੋਈ ਹੋਰ ਗੱਲਬਾਤ ਨਿੱਜੀ ਤੌਰ ਦੇ ਉੱਤੇ ਪਰਿਵਾਰਕ ਹੁੰਦੀ ਆ, ਝੇੜੇ ਪੈਦਾ ਹੋ ਜਾਂਦੇ ਆ, ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਕਿ ਭਾਵੇਂ ਕੋਈ ਆਮ ਹੋਵੇ ਅਤੇ ਭਾਵੇਂ ਕੋਈ ਖਾਸ ਬੰਦਾ ਹੋਵੇ, ਉਹਦੇ ਤੁਰ ਜਾਣ ਤੋਂ ਬਾਅਦ ਟੱਬਰਾਂ ਦੇ ਵਿੱਚ ਵਿਵਾਦ ਨਹੀਂ ਪੈਦਾ ਹੋਣੇ ਚਾਹੀਦੇ। ਕਈ ਵਾਰ ਅਸੀਂ ਜ਼ਮੀਨਾਂ ਦੇ ਪਿੱਛੇ, ਪੈਸੇ ਦੇ ਪਿੱਛੇ, ਹੋਰ ਗੱਲਾਂ ਦੇ ਪਿੱਛੇ, ਦੁਨਿਆਵੀ ਗੱਲਾਂ ਦੇ ਪਿੱਛੇ ਅਸੀਂ ਤੁਰ ਗਏ
ਅਗਲੇ ਹਫ਼ਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਦੇ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।